ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅਸੀਂ ਆਪਣੀ ਕਾਲਸ ਲੈ ਰਹੇ ਸੀਗੇ ਆਪਣੇ ਕਾਲਰਸ ਦੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਛ ਸਾਨੂੰ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕਾਲ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਭਾਜੀ, ਸ਼ੁਗਰ ਹੈ, ਨੰਬਰ ਲੱਗ ਗਿਆ, ਮੈਂ ਤਾਂ ਸੋਚਿਆ ਸੀ ਵਾਰੀ ਆਉਣੀ ਨਹੀਂ ਅੱਜ। ਨਹੀਂ ਨਹੀਂ, ਬਹੁਤ ਸਾਰੀ ਕਾਲਸ ਲਾਈਨ ਤੇ ਨੇ ਜੀ, ਕੀ ਕਹਿ ਸਕਦੇ ਤੁਸੀਂ? ਉਹ ਲੰਮਾ ਜੀ ਤੁਸੀਂ ਵੇਟ ਕਰਾਇਆ ਜੀ ਜੀ, ਪਰ ਮੈਂ ਸਿਰਫ ਦੋ ਤਿੰਨ ਹੀ ਗੱਲਾਂ ਕਰਨੀਆਂ ਨੇ। ਇੱਕ ਤਾਂ ਮੈਂ ਕੇਜਰੀਵਾਲ ਨੂੰ ਇਹ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਬੜੇ ਸੁਲਝੇ ਬੰਦੇ ਨੇ, ਉਹਨਾਂ ਨੂੰ ਇਹ ਪੁੱਛੋ ਕਿ ਉਹਨਾਂ ਦੇ 84 ਸਿੱਖ ਦੰਗਿਆਂ ਵਿੱਚ ਕਿਸੇ ਸਿੱਖ ਪਰਿਵਾਰ ਨਾਲ ਕੋਈ ਲਿੰਕ ਹੈਗਾ ਸੀ ਜਿਹੜਾ ਉਹਨਾਂ ਨੂੰ ਕੋਈ ਗਿਆ ਹੋਵੇ? ਜੀ 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 ਜੀ, ਉਹਨਾਂ ਨੂੰ ਪੰਜਾਬ ਦਾ ਕੋਈ ਦਰਦ ਨਹੀਂ ਜੀ। ਔਰ ਖਹਿਰਾ ਸਾਹਿਬ ਜੋ ਪੋਲੀਟੀਕਲ ਬੋਲਦੇ ਨੇ, ਸਪੀਚ ਕਰਦੇ, ਉਹਨਾਂ ਵਰਗਾ ਬੰਦਾ ਕੋਈ ਨਹੀਂ ਹੋਣਾ ਪੰਜਾਬ ਵਿੱਚ ਜੀ ਜੀ ਜੀ। ਔਰ ਦੂਸਰੀ ਗੱਲ ਹੈਗਾ ਕਿ ਜਿਹੜਾ ਭਗਵੰਤ ਮਾਨ ਆ, ਭਗਵੰਤ ਮਾਨ ਵਿੱਚ ਇੱਕ ਮੈਂ ਹੈਗੀ ਹੈ ਕਿ ਮੇਰੇ ਤੋਂ ਉੱਪਰ ਕੋਈ ਆਵੇ ਨਾ ਜੀ, ਪਰ ਉਹਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਇੱਕ ਸਟੇਜ ਕਲਾਕਾਰ ਹਾਂ, ਮੈਂ ਸਿਆਸਤ ਵਿੱਚ ਮੇਰੀ ਇੰਨੀ ਉਮਰ, ਮੇਰੀ ਉਮਰ 66 ਸਾਲ ਦੀ ਭਾਜੀ ਇਸ ਟਾਈਮ ਜੀ 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 ਜੀ। ਉਹਨਾਂ ਨੂੰ ਭਗਵੰਤ ਮਾਨ ਨੂੰ ਇਹ ਸੋਚਣਾ ਚਾਹੀਦਾ ਕਿ ਮੇਰੇ ਤੋਂ ਉੱਪਰ ਉੱਪਰ ਜਿਹੜੇ ਕਲਾਕਾਰ ਨੇ ਜਿਹਨਾਂ ਸਿਆਸਤ ਪਤਾ, ਮੈਂ ਉਹਨਾਂ ਨੂੰ ਨਾਲ ਲੈ ਕੇ ਚੱਲਾਂ, ਉਹਨਾਂ ਨੂੰ ਚਾਂਸ ਦਿਆਂ। ਜੇ ਤੁਸੀਂ ਮਿਨਿਸਟਰੀ ਵਿੱਚ ਥੱਲੇ ਛੋਟੇ ਅਹੁਦੇ ਤੇ ਵੀ ਲੱਗੇ ਹੋਵੋਗੇ, ਪਾਬੰਦੀ ਤੁਹਾਡੀ ਓਨੀ ਹੋਣੀ ਹੈ ਜੀ ਜੀ, ਕਰੈਕਟ ਕਰੈਕਟ। ਭਗਵੰਤ ਮਾਨ ਕਰੀਏ ਨਾ, ਜੇ ਤੁਸੀਂ ਸੋਚਿਆ ਕਿ ਮੇਰੇ ਤੋਂ ਉੱਪਰ ਕੋਈ ਹੋਰ ਬਣ ਨਹੀਂ ਸਕਦਾ ਜਾਂ ਮੈਂ ਬਣਾ ਨਹੀਂ ਚਾਹੁੰਦਾ। ਬਾਕੀ ਜਿਹੜਾ ਛੋਟਾ ਮੋਟਾ ਸਾਰੇ ਕਹਿੰਦੇ ਨੇ ਕਿ ਉਹਨੂੰ ਨਹੀਂ ਆਉਣਾ ਚਾਹੀਦਾ, ਸਾਡੇ ਹਿਸਾਬ ਨਾਲ ਨਹੀਂ ਆਉਣਾ ਚਾਹੀਦਾ। ਉਹਦੇ ਵਿੱਚ ਇੱਕ ਮੇਰੇ ਹਿਸਾਬ ਨਾਲ ਨਾ ਪੰਜਾਬ ਦੇ ਲੋਕਾਂ ਨੂੰ ਇਹ ਚਾਹੀਦਾ ਕਿ ਤੁਸੀਂ ਕੇਜਰੀਵਾਲ ਦਾ ਖਹਿੜਾ ਛੱਡੋ, ਪੰਜਾਬ ਵਾਲੇ ਆਪਸ ਵਿੱਚ ਸੋਚ ਸਮਝ ਕੇ ਉਹ ਬੰਦੇ ਲਿਆਉਣ ਜਿਹੜੇ ਨਾ ਕਾਂਗਰਸ ਦਾ ਲਿੰਕ ਹੋਵੇ ਨਾ ਅਕਾਲੀਆਂ ਦਾ ਹੋਵੇ। ਜੀ 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 ਜੀ, ਕੋਈ ਪਿਛੋਕੜ ਨਾ ਹੋਵੇ ਕਿਸੇ ਵੀ ਪਾਰਟੀ ਦੇ ਨਾਲ, ਉਹਨਾਂ ਦਾ ਆਮ ਲੋਕਾਂ ਦੇ ਨਾਲ ਰਾਬਤਾ ਕਾਇਮ ਹੋਵੇ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ। ਮੇਰੇ ਨਾਲ ਹੋਰ ਵੀ ਕਾਲਰਸ ਹਨ, ਉਹਨਾਂ 'ਤੇ ਵੀ ਆਪਾਂ ਪ੍ਰਤੀਕਿਰਿਆ ਲੈ ਲਈਏ ਜਲਦ ਤੋਂ ਜਲਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਕੀ ਕਹਿਣਾ ਚਾਹੁੰਦੇ? ਕਾਲ ਸਾਹਿਬ ਜੀ, ਮੇਰਾ ਨਾਮ ਕੌਂਸਲਰ ਗੁਰਦਿਆਲ ਸਿੰਘ ਅਟਵਾਲ, ਬਰਮਿੰਘਮ ਯੂਕੇ ਤੋਂ ਆ ਜੀ। ਜੀ ਅਟਵਾਲ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਕੀ ਕਹਿਣਾ ਚਾਹੋਗੇ? ਮੈਂ ਵੈਸੇ ਬਹੁਤ ਤੁਹਾਡਾ ਥੋੜਾ ਹੀ ਟਾਈਮ ਲਾਊਂਗਾ, ਬਾਲਾ ਨਹੀਂ ਜੀ ਜੀ। ਮੈਨੂੰ ਪਤਾ ਤੁਸੀਂ ਬਿਜੀ ਹੋ ਜੀ ਜੀ। ਜਿਹੜੀ ਪੰਜਾਬ ਦੀ ਪਬਲਿਕ ਆ, ਪੰਜਾਬ ਦੀ ਜਨਤਾ ਜੀ, ਜਿੰਨਾ ਚਿਰ ਉਹ ਦਿੱਲੀ ਵਾਲੇ ਲੋਕਾਂ ਦੀ ਰਖੇਲ ਵਣ ਤੋਂ ਜਿਹੜੀਆਂ ਪਾਰਟੀਆਂ ਤਿੰਨ ਨੇ ਆਈਦਰ, ਜਾਂ ਉਹ ਆਪ ਪਾਰਟੀ ਚਾਹੇ ਕਾਂਗਰਸ ਹੈ ਜਾਂ ਅਕਾਲੀ ਨੇ, ਅਕਾਲੀ ਦਲ ਬਾਦਲ ਆ, ਉਹਨਾਂ ਦੇ ਜੋੜੇ ਚੋਂ ਨਹੀਂ ਨਿਕਲਦੀਆਂ, ਆਪਣੀ ਕੌਮੀ ਆਜ਼ਾਦੀ ਨੂੰ ਨਹੀਂ ਪਛਾਣਦੀਆਂ, ਉਹਨਾਂ ਚਿਰ ਹਾਲ ਇਹ ਹੀ ਰਹਿਣਾ ਜੀ ਜੀ ਜੀ। ਚਾਹੇ ਇਹਨਾਂ ਤਿੰਨਾਂ ਹੀ ਪਾਰਟੀਆਂ ਜਿਹੜੀਆਂ, ਜਿੰਨਾ ਚਿਰ ਇਹ ਰਖੇਲ ਬਣ ਕੇ ਪਾਰਟੀਆਂ ਉੱਥੇ ਦਿੱਲੀ ਦੇ ਜੋੜੇ ਦੀਆਂ ਰਹਿੰਦੀਆਂ, ਤੇ ਪੰਜਾਬ ਦਾ ਭਲਾ ਨਹੀਂ ਹੋਣਾ। ਪੰਜਾਬ ਦੇ ਕੀ ਭਲਾ ਹੈਗਾ? ਪੰਜਾਬ ਦੇ ਲੋਕ ਐਜ ਏ ਪੰਜਾਬੀ, ਨੋਟ ਜਸਟ ਏ ਸਿੱਖ, ਸਿੱਖ ਲੀਡਿੰਗ ਕੌਮ ਆ ਪੰਜਾਬ ਦੀ, ਪਰ ਬਾਕੀ ਭਾਈਚਾਰੇ ਵੀ ਬਰਾਬਰ ਦੇ ਨੇ। ਜਿੰਨਾ ਚਿਰ ਜੇ ਪੰਜਾਬ ਦਾ ਭਲਾ ਚਾਹੁੰਦੇ ਆ, ਤੇ ਇਹਨਾਂ ਨੂੰ ਇਹ ਦਿੱਲੀ ਵਾਲੀਆਂ ਜਿਹੜੀਆਂ ਇਹਨਾਂ ਦੇ ਪਾਰਟੀਆਂ, ਉਹਨਾਂ ਦੇ ਜੋੜੇ ਚੋਂ ਨਿਕਲਣਾ ਪਊਗਾ। ਤੇ ਇਹਨਾਂ ਨੇ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਤਿੰਨ, ਚਾਹੇ ਕਾਂਗਰਸ, ਮੈਂ ਜਿੱਦਾਂ ਕਿਹਾ ਅਕਾਲੀ ਦਲ, ਚਾਹੇ ਇੱਥੇ ਦੀ ਬੀਜੇਪੀ ਨੇ, ਚਾਹੇ ਆਪ ਵਾਲੇ ਨੇ, ਇਹ ਰਖੇਲਾਂ ਆ ਦਿੱਲੀ ਦੀਆਂ, ਤੇ ਇਹਨਾਂ ਦੇ ਰਖੇਲ ਪੁਣੇ ਚ ਨਿਕਲਣਾ ਪੈਂਦਾ ਪੰਜਾਬ ਦਾ ਭਲਾ ਹੋਣਾ। ਪੰਜਾਬ ਦੀ ਪੂਰਨ ਆਜ਼ਾਦੀ ਦੇ ਤੌਰ ਤੇ ਤਰਨਗੇ, ਤੇ ਬਹੁਤ ਵਧੀਆ ਗੱਲ ਹੋਗੀ, ਤੇ ਪੰਜਾਬ ਦਾ ਭਲਾ ਹੋਗਾ, ਪੰਜਾਬ ਦੀ ਪੰਜਾਬੀਅਤ, ਪੰਜਾਬ ਦੀ ਜਵਾਨੀ ਔਰ ਪੰਜਾਬ ਦੀ ਅਣਖ ਜੀ, ਇਹਦੇ ਵਿੱਚ ਹੀ ਹੈਗਾ ਕਿ ਆਜ਼ਾਦ ਹੋਣ। ਕਰੈਕਟ, ਬਹੁਤ ਬਹੁਤ ਧੰਨਵਾਦ ਜੀ। ਪੰਜਾਬ ਦਾ ਸੱਭਿਆਚਾਰ ਵੀ ਵੇਖ ਸਕਦੇ ਹਾਂ ਕਿ ਨਾਲ ਚੱਲ ਸਕਦਾ ਹੈ, ਜੇਕਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ। ਲੇਕਿਨ ਅੱਜ ਤੱਕ ਗੱਲਾਂ ਹੀ ਹੋਈਆਂ, ਲੇਕਿਨ ਗਰਾਊਂਡ ਲੈਵਲ 'ਤੇ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਕਦੀ ਵੀ ਨਹੀਂ ਹੋਈ। ਲੇਕਿਨ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਵੀ ਵੇਖਣ ਨੂੰ ਮਿਲਣ, ਤਾਂ ਕਿ ਐਂਡ ਆਫ ਦਾ ਡੇ ਪੰਜਾਬ ਦੇ ਬੈਟਰਮੈਂਟ ਦੇ ਲਈ ਗੱਲ ਹੋ ਸਕੇ। ਅੱਜ ਦੇ ਮੁੱਦੇ ਦੇ ਵਿੱਚ ਜੇਕਰ ਤੁਸੀਂ ਆਪਣੇ ਹੋਰ ਕੁਝ ਪ੍ਰਤੀਕਿਰਿਆ ਦੇਣਾ ਚਾਹੁੰਦੇ ਤਾਂ ਤੁਸੀਂ ਮੈਨੂੰ ਲਿਖ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ। ਔਰ ਮੈਂ ਉਹਨਾਂ ਸਾਰੇ ਦਰਸ਼ਕਾਂ ਤੋਂ ਅਪੋਲੋਜਾਈਜ਼ ਕਰਦਾ ਜੀ, ਹੱਥ ਜੋੜ ਕੇ ਮਾਫੀ ਵੀ ਮੰਗਦਾ ਜਿਨ੍ਹਾਂ ਦੀ ਮੈਂ ਕਾਲਸ ਨਹੀਂ ਚੱਕ ਪਾਇਆ। ਲੇਕਿਨ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ, ਔਰ ਪਬਲਿਕ ਡਿਮਾਂਡ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਵੀ ਅਸੀਂ ਨਵੇਂ ਅਪਡੇਟਸ ਨਾਲ ਇਹੀ ਮੁੱਦਾ ਸਾਹਮਣੇ ਲੈ ਕੇ ਆਈਏ, ਤਾਂ ਕਿ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕੋ। ਬਹੁਤ ਬਹੁਤ ਧੰਨਵਾਦ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਸਤਿ ਸ਼੍ਰੀ ਅਕਾਲ।